ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੀਪ ਸੰਧੂ ਜੀ ਦਾ ਇਹ ਲਿਖਦੇ ਹਨ ਮੇਰੇ ਵੱਲੋਂ ਪੈਨਿਲਮ ਕੋਰ ਅਤੇ ਟੀਵੀ 84 ਦੀ ਸਾਰੀ ਟੀਮ ਤੇ ਡਾਕਟਰ ਅਮਰਜੀਤ ਸਿੰਘ ਨੂੰ ਵਾਇਗਜੀ ਕਾ ਖਾਲਸਾ ਵਾਇਗੁਜੇ ਕੀ ਫਤਿਹ ਸਿੰਘ ਸਾਹਿਬ ਜੀ ਮੈਂ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਸਿੰਘ ਸਟਾਪ ਹੇਟ ਦਾ ਬੈਨਰ ਲਾ ਕੇ ਡੋਨਲਡ 트ੰਪ ਦਾ ਵਿਰੋਧ ਕਰ ਰਿਹਾ ਸੀ ਗੁੱਸਾ ਵੀ ਬਹੁਤ ਆਇਆ ਕਿ ਇਹ ਤਾਂ ਆਪਣੇ ਪਿਆਰ ਤੇ ਕੁਹਾੜੀ ਮਾਰਨ ਵਾਲੀ ਗੱਲ ਹੋਈ ਕਿਉਂਕਿ ਅਸੀਂ ਤਾਂ ਆਪ ਬੇਕਾਰ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਕਦਮ ਸਾਨੂੰ ਮੁਸੀਬਤ ਵਿੱਚ ਪਾ ਸਕਦੇ ਹਨ ਮੈਂ ਡੋਨਲਡ ਟਰੰਪ ਦਾ ਪੇਜ ਦੇਖਿਆ ਅਤੇ ਵਾਕਵਾਕ ਨਿਊਜ਼ ਚੈਨਲ ਵੀ ਐਨਾਲਾਈਜ਼ ਕੀਤੇ ਹਨ ਡੋਨਲਡ ਟਰੰਪ ਕਾਫੀ ਪਰਸੈਂਟ ਏਜ ਨਾਲ ਅੱਗੇ ਹੈ ਗੱਲ ਇਹ ਹੈ ਕਿ ਅਮਰੀਕਾ ਦਾ ਇਹ ਮੋਦੀ ਮੁਸਲਮਾਨਾਂ ਲਈ ਤਾਂ ਖਤਰਨਾਕ ਹੈ ਹੀ ਪਰ ਸਿੱਖਾਂ ਉੱਤੇ ਇਸ ਦਾ ਕੀ ਪ੍ਰਭਾਵ ਹੋਵੇਗਾ ਇਸ ਬਾਰੇ ਤੁਸੀਂ ਆਪਣੀ رائے ਦੇਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪਸੰਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖੇ ਅ ਅਸੀਂ ਇਸ ਮੁੱਦੇ ਦੇ ਉੱਤੇ ਜਦੋਂ ਹੀ ਜਿਸ ਨੇ ਘਟਨਾ ਵਾਪਰੀ ਉਸੇ ਦਿਨ ਚਰਚਾ ਵੀ ਕੀਤਾ ਸੀ ਜੀ ਆਪਣਾ 뷰 ਮੈਂ ਜੋ ਇਮਾਨਦਾਰੀ ਨਾਲ ਮੇਰੀ ਪਹਿਲੀ ਫੀਲਿੰਗ ਸੀ ਔਰ ਫਿਰ ਲੌਂਗ ਟਰਮ ਉਸ ਨੂੰ ਅਸੀਂ ਹਜ਼ਾਰ ਕੀ ਤਸੀਦੀਪ ਸੰਧੂ ਜੀ ਉਹਨੂੰ ਦੇਖ ਸਕਦੇ ਨੇ ਜੀ ਅ ਇਹਨਾਂ ਨੇ ਵੀ ਪਹਿਲਾ ਰਿਐਕਸ਼ਨ ਆਪਣੇ ਪੈਰ ਤੇ ਕੁਹਾੜੀ ਮਾਰਨਾ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਆਪ ਬੇਕਰੇ ਔਰ ਫਿਰ ਉਹਨਾਂ ਨੇ ਤਾਂ ਜਿਹੜਾ ਸਵਾਲ ਹੈ ਕਿ ਵੀ ਇਹ ਸਿੱਖਾਂ ਨੂੰ ਮੁਸੀਬਤ ਚ ਪਾ ਸਕਦਾ ਇਸ ਕਿਸਮ ਦਾ ਕਦਮ ਜャ ਉਹਨਾਂ ਨੇ ਕਿਹਾ ਵੀ ਡੋਨਲਡ 트ੰਪ ਮੁਸਲਮਾਨਾਂ ਦੇ ਖਿਲਾਫ ਤਾਂ ਹੈ ਹੀ ਹੈ ਸਿੱਖਾਂ ਬਾਰੇ ਉਸ ਦੀ ਕੀ ਨੀਤੀ ਹੈ ਔਰ ਇੱਕ ਗੱਲ ਉਹਨਾਂ ਨੇ ਬੜੀ ਚੰਗੀ ਕਹੀ ਕਿਉਂਕਿ ਇਹੀ ਇਨਫੈਕਟ ਕਮੈਂਟ ਕਾਂਗਰਸ ਦੇ ਸਪੋਕਸਪਰਸਨ ਨੇ ਵੀ ਭਾਰਤ ਦੇ ਵਿੱਚ ਕੀਤਾ ਆ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਡੋਨਲਡ 트ੰਪ ਅਮਰੀਕਾ ਦਾ ਮੋਦੀ ਹੈ ਜਵੇਂ ਇਹਨਾਂ ਨੇ ਕਿਹਾ ਔਰ ਉੱਥੇ ਵੀ ਜਿਹੜਾ ਖਾਸ ਤੌਰ ਤੇ ਜਿਹੜੇ ਲਿਬਰਲ ਥਿੰਕਿੰਗ ਔਰ ਜਿਹੜੇ ਸਮਝਦੇ ਨੇ ਕਿ ਵੀ ਇਹ ਜਿਹੜੀ ਨਫ਼ਰਤ ਦੀ ਲਾਈਨ ਹੁੰਦੀ ਹੈ ਜਾਂ ਧ्रुਵੀਕਰਨ ਦੀ ਲਾਈਨ ਕਿੱਧਰ ਲੈ ਕੇ ਜਾਂਦੀ ਹੈ ਈਵਨ ਹਿਲਰੀ ਕਲਿੰਟਰਨ ਜਿਹੜੀ ਬਹੁਤ ਵਾਰੀ ਮੂੰਹ 'ਚ ਘੁੰਗਣੀਆਂ ਹੀ ਪਾ ਕੇ ਰੱਖਦੀ ਰਹੀ ਹੈ ਜਦੋਂ ਕਿ ਇਸ ਕਿਸਮ ਦਾ ਇਸ਼ੂ ਆਇਆ ਜਾਂ ਖੱਬੇ ਸੱਜੇ ਹੁੰਦੀ ਰਹੀ ਹੁਣ ਉਹਨੇ ਵੀ ਇਹ ਕਿਹਾ ਹੈ ਕਿ ਵੀ ਇਹ ਜਿਹੜਾ ਇਸਲਾਮੋਫੋਬੀਆ ਹੈ ਮੁਸਲਮਾਨਾਂ ਦੇ ਖਿਲਾਫ ਆ ਜੋ ਡੋਨਲਡ 트ੰਪ ਕਰ ਰਿਹਾ ਇਹ ਸਾਡੀਆਂ ਵੈਲਿਊਜ਼ ਦੇ ਅਵਾਂਸਟ ਹੈ। ਆ ਕੁੱਲ ਮਿਲਾ ਕੇ ਦੇਖੋ ਆ ਮੈਂ ਇਹ ਸਮਝਦਾ ਹਾਂ ਵੀ ਜਿਸ ਤਰੀਕੇ ਦੇ ਨਾਲ ਮਹੌਲ ਇਸ ਮੁਲਕ ਦਾ ਬਣਦਾ ਜਾਂਦਾ ਹੈ। ਬੇਸ਼ੱਕ ਡੋਨਲਡ 트ੰਪ ਦੀ ਪਰਸੈਂਟੇਜ ਜਾਂ ਰੇਟਿੰਗ ਹਾਇਰ ਹੈ। ਲੇਕਿਨ ਈਵਨ ਜਿਹੜੇ ਰਿਪਬਲਿਕਨ ਦੇਖੋ ਇਹ ਨਹੀਂ ਹੈ ਅਗਰ ਰਿਪਬਲਿਕਨ ਪਾਰਟੀ ਦੀਆਂ ਆਪਣੀਆਂ ਵੈਲਿਊਜ਼ ਨੇ। ਜੀ। ਔਰ ਇਸ ਮੁਲਕ ਚ ਲੰਬਾ ਵਕਤ ਪ੍ਰੈਜ਼ੀਡੈਂਟ ਜਾਂ ਯੂਐਸ ਕਾਂਗਰਸ 1930 ਤੋਂ ਬਾਅਦ ਡੈਮੋਕ੍ਰੈਟ ਆਣੇ ਅੱਗੇ ਸ਼ੁਰੂ ਹੋਏ ਰੂਜ਼ਵੈਲਟ ਤੋਂ ਬਾਅਦ ਫਿਰ ਲੰਬਾ ਵਕਤ ਕਾਂਗਰਸ ਔਰ ਸੈਨੇਟ ਦੋਨੋਂ ਡੈਮੋਕ੍ਰੈਟਾਂ ਕੋਲ ਰਹੇ ਲੇਕਿਨ ਰਿਪਬਲਿਕਨਸ ਦੀ ਇੱਕ ਆਪਣੀ ਲੈਗੇਸੀ ਹੈ ਔਰ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਜਿਹੜੀਆਂ ਲਾਈਨਸ ਨੇ ਜਿਵੇਂ ਇਮੀਗ੍ਰੇਸ਼ਨ ਜਾਂ ਫੋਰਨ ਏਡ ਆ ਦੂਜੇ ਤੀਜੇ ਬਾਰੇ ਉਹਨਾਂ ਦੀ ਹਮੇਸ਼ਾ ਐਕਸਟ੍ਰੀਮ ਪੋਜੀਸ਼ਨ ਰਹੀ ਹੈ ਜੀ ਲੇਕਿਨ ਕੁੱਲ ਮਿਲਾ ਕੇ ਜਿਹੜੀਆਂ ਇੰਡੀਵਿਜੂਅਲ ਆਜ਼ਾਦੀਆਂ ਨੇ ਫਰੀਡਮਸ ਨੇ ਔਰ ਸੈਂਟਰ ਗਵਰਨਮੈਂਟ ਜਾਂ ਫੈਡਰਲ ਇਨੀਆ ਤਾਕਤਾਂ ਨਾ ਲੈ ਲੇ ਕਿ ਉਹ ਤੁਹਾਡੇ ਬੈਡਰੂਮ ਚ ਆ ਬੜੇ ਘਰ ਦੇ ਤੁਹਾਡੀ ਪ੍ਰਾਈਵੇਸੀ ਨਾ ਹੋਏ ਤੁਹਾਡੇ ਫੋਨ ਟੈਪ ਕਰਦੇ ਹੋਣ ਜਾਂ ਦੂਜੇ ਹੋਣ ਸੋ ਉਹ ਫੀਅਰਸਲੀ ਇੰਡੀਪੈਂਡੈਂਟ ਵੀ ਨਹੀਂ ਇਸ ਕਰਕੇ ਜਦੋਂ ਗਨਸ ਦੀ ਗੱਲ ਹੁੰਦੀ ਹੈ ਗਨ ਕੰਟਰੋਲ ਦੀ ਤੇ ਰਿਪਬਲਿਕਨਸ ਦੀ ਸਭ ਤੋਂ ਪਾਵਰਫੁਲ ਲੌਬੀ ਹੁੰਦੀ ਹੈ ਬਹੁਤ ਸਾਰੇ ਜਿਹੜੇ ਐਨ ਆਰਏ ਨੈਸ਼ਨਲ ਰਾਈਫਲ ਐਸੋਸੀਏਸ਼ਨ ਨੇ ਉਹ ਰਿਪਬਲਿਕਨ ਨੇ ਕਿਉਂਕਿ ਉਹ ਕਹਿੰਦੇ ਨੇ ਜੀ ਕਿ ਸੈਕੰਡ ਅਮੈਂਡਮੈਂਟ ਸਾਨੂੰ ਇਹ ਹੱਕ ਦਿੰਦੀ ਹੈ ਹਥਿਆਰ ਰੱਖਣ ਦਾ ਸੋ ਕੁੱਲ ਮਿਲਾ ਕੇ ਇੱਕ ਗੱਲ ਦਾ ਹਮੇਸ਼ਾ ਫੀਅਰ ਹੁੰਦਾ ਹੈ ਕਿ ਜਦੋਂ ਹਾਲਾਤ ਬਹੁਤ ਅਨਸਰਟਨ ਹੋਣ ਉਹ ਆਰਥਿਕ ਤੌਰ ਤੇ ਹੋਣ ਜਿਵੇਂ ਜਦੋਂ ਨਾਜ਼ੀਆਂ ਦੀ ਪਾਰਟੀ ਮੈਜੋਰਟੀ ਚਾਈ ਜਾਂ ਉਹਨਾਂ ਨੇ ਚੋਣਾ ਜਿੱਤਿਆ ਜਰਮਨ ਆਰਥਿਕ ਤੌਰ ਤੇ ਬੜਾ ਅਨਸਟੇਬਲ ਸੀ ਜੀ ਜਾਂ ਚਾਰਜ ਫਿਰ ਇਨਾਕ ਪ੍ਰੋਪਾਗੈਂਡਾ ਪ੍ਰਚਾਰ ਹੋਏ ਨਾ ਪੱਕੀ ਕਿ ਜਿਹੜਾ ਐਗਜ਼ਿਸਟਿੰਗ ਸਟਰਕਚਰ ਹੈ ਉਹਦੀ ਥਾਂ ਤੇ ਲੱਗੇ ਲੋਕਾਂ ਨੂੰ ਕਿ ਭਾਈ ਜਿਹੜਾ ਦੂਜਾ ਹੈ ਭਾਵੇਂ ਉਹਦੇ ਚ ਕਮਜ਼ੋਰੀਆਂ ਵੀ ਹੋਣਗੀਆਂ ਉਹੀ ਸਾਨੂੰ ਸੂਟ ਕਰਦਾ ਜਿਵੇਂ ਭਾਰਤ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦਾ ਹੋਇਆ 10 ਸਾਲ ਦੀ ਜੇ ਮਨਮੋਹਨ ਸਿੰਘ ਸਰਕਾਰ ਦੀ ਕੁੱਲ ਮਿਲਾ ਕੇ ਕਾਰਗੁਜ਼ਾਰੀ ਦੇਖੋ ਸਿਕ ਫੈਕਟਰ ਪਾਸੇ ਰੱਖ ਦਿਓ ਇਹ ਸਿਕ ਤਾਂ ਹੈ ਹੀ ਨਹੀਂ ਕਿਉਂਕਿ ਉਹ ਇਹਨਾਂ ਨੇ ਤਾਂ ਉਥੋਂ ਦੇ ਉਹਨਾਂ ਦੇ ਹੀ ਬੱਚੇ ਨੇ ਜਮੂਰੇ ਨੇ ਪਰ ਜੇ ਭਾਰਤ ਦੇ ਐਂਗਲ ਤੋਂ ਦੇਖੋ ਆਰਥਿਕ ਪੱਖ ਤੋਂ ਦੂਜੇ ਤੇ ਉਹ ਪਹਿਲਿਆਂ ਨਾਲੋਂ ਕੋਈ ਮਾੜਾ ਕਾਰਜਕਾਲ ਨਹੀਂ ਪਰ ਜਿਸ ਤਰੀਕੇ ਨਾਲ ਖੀਰਲੇ ਸਾਲਾਂ ਚ ਜਿਵੇਂ ਇਹਨਾਂ ਨੇ ਮੋਦੀ ਐਂਡ ਕੰਪਨੀ ਨੇ ਪੂਰਾ মিডিਆ ਕਾਬੂ ਕੀਤਾ ਔਰ ਫਿਰ ਜਿਸ ਤਰੀਕੇ ਨਾਲ ਇੱਕ ਵੇਵ ਚਲਾਈ ਮੌਨ ਮੋਹਨ ਸਿੰਘ ਬਣਾ ਕੇ ਜੀ ਦੂਜਾ ਚੰਗਿਆਂ ਭਲਿਆਂ ਨੂੰ ਵੀ ਲੱਗਣ ਲੱਗ ਪਿਆ ਵੀ ਇਹ ਤਾਂ ਸਾਰੀ ਸਰਕਾਰ ਹੀ ਕਰਪਟ ਹੈ ਹਾਲਾਂਕਿ ਕੋਈ ਸ਼ੱਕ ਨਹੀਂ ਹੈ ਵੀ ਕਰਪਸ਼ਨ ਹੋਈ ਪਰ ਕਿਹੜੀ ਕਰਪਸ਼ਨ ਹੁਣ ਨਹੀਂ ਹੋ ਰਹੀ ਹੁਣ ਤੁਸੀਂ ਆ ਜਿੰਨੇ ਅਵਾਰਡ ਵੂਡ ਦਿੱਤੇ ਨੇ ਦੇਖ ਲਓ ਉਹਨਾਂ 'ਚ ਕੋਈ ਅੰਬਾਨੀ ਆ ਗਿਆ ਕੋਈ ਧੀਰੂ ਆ ਗਿਆ ਕੋਈ ਹੋਰ ਆ ਗਿਆ ਔਰ ਉੱਥੇ ਸਾਰੇ ਕਿਸ ਕਿਸਮ ਦੇ ਕੰਟਰੈਕਟ ਕਿਨਾਂ ਨੂੰ ਦਿੱਤੇ ਜਾ ਰਹੇ ਨੇ ਕੀ ਚੱਲ ਰਿਹਾ ਹੈ ਉਹ ਜ਼ਾਹਰ ਹੈ ਕਿ ਜਦੋਂ ਕੋਈ ਫੇਰ ਨਵੀਂ ਆਏਗੀ ਸਰਕਾਰ ਫੇਰ ਇਹਨਾਂ ਦੇ ਵੀ ਸਕੈਂਡਲ ਬਾਹਰ ਆ ਜਾਣਗੇ ਸੋ ਕੋਲਮੜਾ ਕੇ ਉਸ ਅਨਸਰਟਨਟੀ ਦੇ ਵਿੱਚ ਜਿੱਥੇ ਲੋਕਾਂ ਦਾ ਵਿਸ਼ਵਾਸ ਐਗਜ਼ਿਸਟਿੰਗ ਸਟਰਕਚਰ ਚੋਂ ਟੁੱਟਦਾ ਜਾਂ ਤੋੜ ਦਿੱਤਾ ਜਾਂਦਾ ਜਾਂ ਮੀਡੀਆ ਹਾਈਪ ਇਸ ਕਿਸਮ ਦੀ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਔਰ ਅਸੀਂ ਸਮਝਦੇ ਹਾਂ ਵੀ ਅਮਰੀਕਾ 'ਚ ਇਹ ਗੱਲ ਕੱਲੀ ਇਸਲਾਮੋਫੋਬੀਆ ਜਾਂ ਇਹਦੇ ਹਵਾਲੇ ਨਾਲ ਨਹੀਂ ਹੈ ਪ੍ਰੈਜ਼ੀਡੈਂਟ ਬਰਾਕ ਹੁਸੈਨ ਓਬਾਮਾ ਦਾ ਹੁਸੈਨ ਮਿਡਲ ਨੇਮ ਹੈ ਜੀ ਕੀਨੀਆ ਦਾ ਬਾਪ ਮੁਸਲਮਾਨ ਓਰੀਜਿਨ ਦਾ ਇਹ ਇਹਨਾਂ ਦੇ ਇਸ ਤਬਕੇ ਨੂੰ ਜਿਹੜਾ ਅੱਜ ਡੋਨਲਡ ਟਰੰਪ ਜਾਂ ਉਸ ਤੋਂ ਪਹਿਲਾਂ ਸਾਰਾ ਪਹਿਲਨ ਔਰ ਦੂਜੇ ਜਿਹੜੀ ਤਬਕਾ ਰਿਹਾ ਉਹਨਾਂ ਨੂੰ ਪਹਿਲਾਂ ਹੀ ਨਹੀਂ ਸੀ ਸਵਾਲ ਹੁੰਦਾ ਉਹਦਾ ਨਾਮ ਕਹਿੰਦੇ ਨੇ ਵਾਈਟ ਹਾਊਸ ਹੈ ਜੀ ਤੇ ਵਾਈਟ ਹਾਊਸ ਦਾ ਵਾਈਟ ਮੈਨ ਰਹੀ ਹੈ ਵਾਈਟ ਹਾਊਸ ਬਲੈਕ ਮੈਨ ਕਿਵੇਂ ਆ ਗਿਆ ਜੀ ਨਹੀਂ ਕਿ ਬਈ ਇੱਥੇ ਤਾਂ ਸਾਡਾ ਬਹਿਣਾ ਚਾਹੀਦਾ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰਾ ਔਰ ਕਿਉਂਕਿ ਕੁਦਰਤਨ ਇਸ ਦੇ ਨਾਲ ਇਹ ਪਹਿਲਾਂ ਤਾਂ ਇਨਕੁਆਰੀ ਕਿੰਨੀ ਦੇਰ ਇਹਨਾਂ ਨੇ ਰੌਲਾ ਪਾ ਛੱਡਿਆ ਕਿ ਇਹ ਤਾਂ ਅਸਲੀ ਨਹੀਂ ਹੈ ਇਹਦੇ ਕੋਲ ਤਾਂ ਸਿਟੀਜ਼ਨਸ਼ਿਪ ਨਹੀਂ ਇਹ ਤਾਂ ਜਮਿਆ ਹੀ ਨਹੀਂ ਸੀ ਅਮਰੀਕਾ ਦੇ ਫਲਾਣੀ ਤਾਂ ਜਦ ਮੈਂ ਅਸੀਂ ਟਮਕੀ ਤਾਂ ਜਦ ਮੈਂ ਅਸੀਂ ਫਿਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੀ ਇਸਲਾਮਿਕ ਅਫਸਰਜ ਹੋਈ ਹੈ ਇਹ ਐਕਸ਼ਨ ਨਹੀਂ ਲੈ ਰਿਹਾ ਪ੍ਰੋਪਰਲੀ ਕਿਉਂਕਿ ਖੁਦ ਇਹ ਹੁਸੈਨ ਹੈ ਜੀ ਔਰ ਖਾਸ ਤੌਰ ਤੇ ਜਿਵੇਂ ਈਰਾਨ ਦੇ ਨਾਲ ਸਬੰਧਾਂ ਨੂੰ ਲੈ ਕੇ ਇਜ਼ਰਾਈਲ ਨੇ ਰੌਲਾ ਪਾਇਆ ਕਿਉਂਕਿ ਇਜ਼ਰਾਈਲ ਦਾ ਸਮਝਦਾ ਸੀ ਵੀ ਅਸੀਂ ਤਾਂ ਅਮਰੀਕਾ ਨੂੰ ਤਿਆਰ ਕਰ ਰਹੇ ਹਾਂ ਜਿਵੇਂ ਇਰਾਕ ਨੂੰ ਬੰਮ ਮਾਰ ਮਾਰ ਕੇ ਉਹਦਾ ਜੋ ਹਾਲ ਕਰਤਾ ਹੈ ਸਦਾਮ ਹੁਸੈਨ ਨੂੰ ਕਰਕੇ ਈਰਾਨ ਨਾਲ ਕਰੋ ਇਹ ਤਾਂ ਈਰਾਨ ਦੇ ਨਾਲ ਦੋਸਤੀ ਪਾ ਲਈ ਅਮਰੀਕਾ ਨੇ ਤੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਟਰਸਟ ਨੇ ਔਰ ਇਹਨਾਂ ਦਾ ਜਿਵੇਂ ਸਵਾਲ ਹੈ ਅ ਅਸੀਂ ਇਸ ਸਮੇ ਇਹ ਗੱਲ ਇੱਕ ਬੜੀ ਕਲੀਅਰ ਹੈ ਕਿ ਡੋਨਲਡ ਟਰੰਪ ਬੇਸ਼ੱਕ ਇਸ ਵੇਲੇ ਲੀਡ ਦੇ ਵਿੱਚ ਹੈ ਪਰ ਇਹ ਅਮਰੀਕਾ ਦੇ ਲਈ ਕੋਈ ਚੰਗਾ ਸਾਈਨ ਨਹੀਂ ਜੀ ਔਰ ਸਾਡੇ ਲਈ ਬੇਸ਼ੱਕ ਜਿਵੇਂ ਉਹ ਸਿੰਘ ਨੇ ਉਹਨੇ ਕਿਹਾ ਮੈਂ ਕੋਈ ਪਹਿਲੀ ਵਾਰ ਨਹੀਂ ਕੀਤਾ ਪਹਿਲੀ ਵਾਰ ਪੋਟਾਸ਼ ਮੈਂ ਕਿਹਾ ਮੈਂ ਫੇਰ ਕਰਾਂਗਾ ਉਹਦੀ ਰੈਲੀ ਫੇਰ ਜਾਵਾਂਗੇ ਜੀ ਨਹੀਂ ਔਰ ਉਹਦਾ ਇੱਕ ਆਪਣਾ ਸਟੈਂਸ ਹੈ ਸ਼ਾਰਟ ਟਰਮ ਬੇਸ਼ੱਕ ਜਿਵੇਂ ਮੇਰਾ ਵੀ ਰਿਐਕਸ਼ਨ ਸੀ ਕਿ ਭਾਈ ਆ ਬੈਲ ਮੇਂ ਮਾਰ ਇਹ ਠੀਕ ਨਹੀਂ ਹੈ ਪਰ ਮੈਂ ਸਮਝਦਾ ਹਾਂ ਵੀ ਲੌਂਗ ਟਰਮ ਜਵੇਂ ਉਹਨੇ ਟਵੀਟ ਵੀ ਕੀਤਾ ਉਹਨੇ ਕਿਹਾ ਭਾਵੇਂ ਮੈਂ ਮੁਸਲਮਾਨ ਨਹੀਂ ਹੈ ਪਰ ਮੈਂ ਸਮਝਦਾ ਹਾਂ ਵੀ ਸਿੱਖ ਦੇ ਨਾਤੇ ਬੇਇਨਸਾਫੀ ਔਰ ਧੱਕੇ ਦੇ ਖਿਲਾਫ ਖਲੋਣਾ ਜਿਹੜਾ ਉਹ ਸਾਡਾ ਫਰਜ਼ ਹੈ ਔਰ ਇਹ ਜਿਹੜੀਆਂ ਨੀਤੀਆਂ ਨੇ ਜੇ ਡੋਨਲਡ ਟਰੰਪ ਅਜ ਮੁਸਲਮਾਨਾਂ ਬਾਰੇ ਕਹਿ ਰਿਹਾ ਹੈ ਇਹ ਨਹੀਂ ਵੀ ਕੋ ਸਿੱਖਾਂ ਦਾ ਦੋਸਤ ਹੈ ਜਾਂ ਕੱਲ ਨੂੰ ਉਹ ਹਿੰਦੂਆਂ ਦਾ ਦੋਸਤ ਹੋ ਭਾਵੇਂ ਉਹਦਾ ਇੱਕ ਅਦਾ ਕਮੈਂਟ ਆਇਆ ਹੈ ਕਿ ਜੀ ਇੰਡੀਆ ਦੀ ਉਹਨੇ ਇੰਡੀਅਨ মিডিਆ ਨੇ ਚੁੱਕ ਲਿਆ ਜੀ ਬੜਾ ਐਪਰੀਸ਼ੀਏਟ ਕੀਤਾ ਜੀ ਉਹਨੇ ਇੰਡੀਆ ਦੀ ਪ੍ਰੋਗਰੈਸ ਨੂੰ ਇਹ ਕਿਸੇ ਦੇ ਨਹੀਂ ਹੈਗੇ ਅਲਟੀਮੇਟਲੀ ਇਹ ਜਿਹੜਾ ਰੇਸਿਜ਼ਮ ਹੁੰਦਾ ਹੈ ਨਸਲਵਾਦ ਹੋਏ ਫਿਰਕੂ ਨਫਰਤ ਹੋਏ ਇਹ ਸਾੜ ਦੀਆਂ ਹੀ ਨਹੀਂ ਇਹ ਡਿਸਟਰੋਏ ਕਰ ਦੀਆਂ ਨੇਸ਼ਨ ਇਹਨਾਂ ਚ ਬਿਲਟ ਨਹੀਂ ਹੁੰਦੇ ਇੰਡੀਵਿਜੂਅਲ ਬਿਲਟ ਨਹੀਂ ਹੁੰਦੇ ਕਦੇ ਵੀ ਸੋ ਅਸੀਂ ਹੋਪ ਕਰਦੇ ਕਿ ਬੇਸ਼ੱਕ ਇਹ ਮੋਦੀ ਹੈ ਅਮਰੀਕਾ ਦਾ ਪਰ ਇਹ ਨਾ ਹੋਏ ਵੀ ਇਹ ਮੋਦੀ ਵਾਂਗੇ ਵਾਈਟ ਹਾਊਸ ਚ ਪਹੁੰਚ ਜਾਏ ਨਹੀਂ ਤਾਂ ਜੰਨਾ ਨੁਕਸਾਨ ਇਸ ਮੁਲਕ ਦਾ ਇਓ ਜੀ ਸੋਚ ਕਰ ਸਕਦੀ ਹੈ ਉਹਨਾਂ ਦੁਸ਼ਮਣ ਨਹੀਂ ਕਰ ਸਕਦਾ ਠੀਕ ਹੈ ਅਸੀਂ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਕਿੱਥੇ ਸਾਡੀਆਂ ਅਮਰੀਕਨ ਵੈਲਿਊਜ਼ ਆਈਸਿਸ ਕੀ ਹੈ ਉੱਥੇ ਖੜੇ ਟਰੱਕਾਂ ਦੇ ਉੱਤੇ ਹੂ 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 ਕਰਦੇ 5 7 10 ਹਜ਼ਾਰ ਜਿਹੜੇ ਨੇ ਮਰਨ ਲਈ ਤਿਆਰ ਲੋਕ ਜਿਹੜੇ ਜਿਹੜੇ ਉਸ ਕਿਸਮ ਦੇ ਉਹ ਕੋਈ ਅਮਰੀਕਨ ਇੰਟਰਸਟ ਲਈ ਅਮਰੀਕਨ ਵੈਲਿਊਜ਼ ਨਹੀਂ ਅਮਰੀਕਾ ਨੇ ਦੋ ਵਰਲਡ ਵਾਰ ਸੈਕੰਡ ਵਰਲਡ ਵਾਰ ਕਰੋੜਾ ਲੋਕ ਮਰਵਾਏ ਹੋਏ ਨੇ ਔਰ ਕਿਸ ਕਿਸਮ ਦੇ ਦੁਸ਼ਮਨ ਨੂੰ ਅਮਰੀਕਾ ਨੇ ਫਤਿਹ ਕੀਤਾ ਹੈ ਔਰ 70 ਸਾਲ ਬਾਅਦ ਸੈਕੰਡ ਵਰਲਡ ਵਾਰ ਤੋਂ ਹੁਣ ਤੁਸੀਂ ਕਹੋ ਜੀ ਕਿ ਉੱਥੇ ਆਈਸੀਐਸ ਦਾ 15-20 ਹਜ਼ਾਰ ਗੁਰਿਲਾ ਜਿਹੜਾ ਉਹ ਅਮਰੀਕਾ ਨੂੰ ਢਾ ਦੇਗਾ ਜਾਂ ਅਮਰੀਕਾ ਦਾ ਜਿਹੜਾ ਉਹ ਨੁਕਸਾਨ ਕਰ ਇਹ ਨਹੀਂ ਹੈ ਥੋੜੀਆਂ ਬਹੁਤ ਘਟਨਾਵਾਂ ਇੰਨੇ ਕੁ ਲੋਕ ਜਿੰਨੇ ਕੁ ਉੱਥੇ ਮਰਦੇ ਨੇ ਉਹਨੇ ਤਾਂ ਇੱਥੇ ਐਕਸੀਡੈਂਟਾਂ 'ਚ ਮਰ ਜਾਂਦੇ ਨੇ ਅਮਰੀਕਾ 'ਚ ਰੋਜ਼ ਸੜਕਾਂ ਦੇ ਉੱਤੇ ਸੋ ਇਹ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸ਼ਾਰਟ ਟਰਮ ਰਿਐਕਸ਼ਨ ਜਿਵੇਂ ਇਹਨਾਂ ਦਾ ਦੀਪ ਸੰਧੂ ਜੀ ਦਾ ਸਾਡਾ ਵੀ ਇਹੀ ਸੀ ਪਰ ਮੈਂ ਸਮਝਦਾ ਹਾਂ ਵੀ ਕੁੱਲ ਮਿਲਾ ਕੇ ਹਾਲਾਂ ਮੈਨੂੰ ਇਹ ਨਜ਼ਰ ਨਹੀਂ ਆਇਆ ਵੀ ਇਸਲਾਮਿਕ ਆਰਗੇਨਾਈਜੇਸ਼ਨਸ ਨੇ ਜਾਂ ਮੁਸਲਮਾਨ ਜਥੇਬੰਦੀਆਂ ਜਾਂ ਇੰਡੀਵਿਜੂਅਲਸ ਨੇ ਕੋਈ ਸਰਾਨਾ ਕਰਕੇ ਇਦਾਂ ਦਾ ਕੀਤਾ ਹੁੰਦਾ ਜੇ ਕਿਸੇ ਗੈਰ ਸਿੱਖ ਨੇ ਹੁਣ ਤੱਕ ਕਿਵੇਂ ਕੀਤਾ ਹੁੰਦਾ ਜਿਵੇਂ ਹੁਣ ਬੇਸ਼ੱਕ ਉਹ ਪੁਲਿਸ ਆਫੀਸਰ ਆਪਣੀ ਡਿਊਟੀ ਨਿਭਾ ਰਿਹਾ ਸੀ ਜਦੋਂ ਮਿਲਵੌਕੀ ਦੇ ਵਿੱਚ ਜਿਹੜਾ ਗੋਲੀ ਚੱਲੀ ਜਿਹਦੇ ਵਿੱਚ ਇੱਕ ਜਿਹੜਾ ਸ਼ਾਇਦ ਮਰਫੀ ਪੁਲਿਸ ਆਫੀਸਰ ਜ਼ਖਮੀ ਹੋਇਆ ਸੀ ਜੀ ਔਰ ਉਹਨੂੰ ਸਾਰੇ ਬੈਨੀਫਿਟ ਵੀ ਮਿਲਦੇ ਜ ਪਰ ਉਹਨੂੰ ਜੰਨਾ ਸਿੱਖਾਂ ਨੇ ਥਾਂ-ਥਾਂ ਲਿਜਾ ਕੇ ਦੁਨੀਆ ਪਾਰ ਚ ਅਕਾਲ ਤਖਤ ਤੋਂ ਆਨਰ ਹੋਇਆ ਹੈ ਯੂਬਾ ਸਿਟੀ ਹਜ਼ਾਰਾਂ ਸਿੱਖਾਂ ਨੇ ਕੀਤਾ ਥਾਂ-ਥਾਂ ਕੈਸ਼ ਔਰ ਅਦਰਵਾਈਜ਼ ਕਿ ਭਾਈ ਇਹਨੇ ਆਪਣੀ ਜਾਨ ਤੇ ਖੇਡ ਕੇ ਜਿਹੜਾ ਬਾਕੀਆਂ ਨੂੰ ਬਚਾਇਆ ਸੋ ਅਸੀਂ ਸਮਝਦੇ ਆਂ ਵੀ ਇਸ ਕਿਸਮ ਦਾ ਤਾਂ ਮੈਨੂੰ ਨਹੀਂ ਕਿਤੇ ਨਜ਼ਰ ਆਇਆ ਕਿ ਉਹ ਸਿੱਖ ਨੌਜਵਾਨ ਨੂੰ ਬਾਕੀਆਂ ਨੇ ਸਿਰ ਤੇ ਚੁੱਕ ਲਿਆ ਹੋਏ ਉਹ ਕਿਤੇ ਖਬਰ ਨਹੀਂ ਆਈ ਜੀ ਲੇਕਨ ਲੌਂਗ ਟਰਮ ਮੈਂ ਸਮਝਦਾ ਵੀ ਉਹਨੇ ਇਹ ਦੱਸਿਆ ਵੀ ਸਿੱਕੀ ਦਾ ਮਤਲਬ ਚੈਲੰਜ ਹੁੰਦਾ ਹੈ ਔਰ ਜਿੱਥੇ ਵੀ ਗਲਤ ਗੱਲ ਕੋਈ ਹੋਏ ਉਹਦੇ ਖਿਲਾਫ ਕਰੋਨਾ ਸੋ ਇਹਨਾਂ ਦਾ ਦੀਪ ਸੰਧੂ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਦੱਸਿਆ ਜੀ ਰਾਤ ਸਾਇਤਲਾਣੇ ਬ੍ਰੇਕ